ਹੈਲੋ ਦੋਸਤੋ ਗੁਰੂ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਦੋਸਤੋ ਲੈ ਕੇ ਆਏ ਹਾਂ ਤੁਹਾਡੇ ਲਈ ਵੈਰੀ ਵੈਰੀ ਇੰਪੋਰਟੈਂਟ ਐਮਸੀਕਿਊਜ਼ ਜੀਕੇ ਦੇ ਨਾਲ ਸੰਬੰਧਿਤ ਜੀਕੇ ਨਾਲ ਸੰਬੰਧਿਤ ਆਪਣੀਆਂ ਬਹੁਤ ਸਾਰੇ ਵੀਡੀਓ ਲੈਕਚਰ ਆਪਣੇ ਚੈਨਲ ਤੇ ਅਪਡੇਟ ਕੀਤੇ ਹੋਏ ਨੇ ਸੋ ਜੀਕੇ ਨਾਲ ਸੰਬੰਧਿਤ ਜਿੰਨੀਆਂ ਵੀ ਮਤਲਬ ਆਪਣੇ ਚੈਨਲ ਦੀ ਪਲੇਲਿਸਟ ਦੇ ਵਿੱਚ ਵੀਡੀਓ ਪਈਆਂ ਨੇ ਉਹ ਤੁਹਾਡੇ ਲਈ ਦੇਖਣ ਯੋਗ ਨੇ ਖਾਸ ਕਰਕੇ ਅੰਗਣਵਾੜੀ ਸੁਪਰਵਾਈਜ਼ਰ ਦੀਆਂ ਪੋਸਟਾਂ ਵਾਲੇ ਤੇ ਜੜੇ ਹੈਗੇ ਕਾਂਸਟੇਬਲ ਦੀ ਪੋਸਟ ਅਪਲਾਈ ਕੀਤੀ ਹੈ ਜਿਨ੍ਹਾਂ ਨੇ ਉਹਨਾਂ ਦੇ ਕਾਫੀ ਨੰਬਰ ਮਤਲਬ 35 ਦੇ ਕਰੀਬ ਜੀਕੇ ਦੇ ਵਿੱਚੋਂ ਨੰਬਰ ਬਣਦੇ ਆ ਸੋ ਦੋ ਤਰ੍ਹਾਂ ਦੀਆਂ ਵੀਡੀਓ ਜ ਆਪਣੇ ਚੈਨਲ ਦੀ ਪਲੇਲਿਸਟ ਚ ਜਾ ਕੇ ਦੇਖ ਸਕਦੇ ਹੋ ਵਨ ਲਾਈਨਰ ਪ੍ਰਸ਼ਨ ਤੇ ਐਮਸੀਕਿਊ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦਾ ਪਹਿਲਾ ਪ੍ਰਸ਼ਨ ਦੇਖਦੇ ਆਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਦਾਰਥ ਦੇ ਉਹ ਛੋਟੇ ਤੋਂ ਛੋਟੇ ਕਣ ਜਿਨ੍ਹਾਂ ਨੂੰ ਵੰਡਿਆ ਨਹੀਂ ਜਾ ਸਕਦਾ ਨੂੰ ਕੀ ਕਹਿੰਦੇ ਹਨ ਮਨ ਲਓ ਇੱਕ ਤੁਹਾਡੇ ਹੱਥ 'ਚ ਪਦਾਰਥ ਹੈ ਉਹਨੂੰ ਵੱਧ ਤੋਂ ਵੱਧ ਤੁਸੀਂ ਛੋਟਾ ਕਰਦੇ ਜਾਓ ਅਲੱਗ-ਅਲੱਗ ਉਹਦੇ ਟੁਕੜੇ ਕਰਦੇ ਜਾਓ ਅਖੀਰ ਦੇ ਵਿੱਚ ਅਜਿਹਾ ਕੋਈ ਟੁਕੜਾ ਛੋਟੇ ਤੋਂ ਛੋਟਾ ਆ ਜੇ ਜਿਹੜਾ ਜਿਹੜੇ ਨੂੰ ਅੱਗੇ ਹੋਰ ਛੋਟਾ ਨਹੀਂ ਕੀਤਾ ਜਾ ਸਕਦਾ ਉਹਨੂੰ ਕੀ ਕਹਿੰਦੇ ਨੇ ਤੱਤ ਪਰਮਾਣੂ ਅਣੂ ਜਾਂ ਜੋਗਿਕ ਸੋ ਇਹਨੂੰ ਪਰਮਾਣੂ ਕਿਹਾ ਜਾਂਦਾ ਹੈ ਆਪਸ਼ਨ ਨੰਬਰ 2 ਦੇ ਨਾਲ ਜਾਵਾਂਗੇ ਆਪਾਂ ਆਪਸ਼ਨ ਨੰਬਰ 2 ਪਦਾਰਥ ਦਾ ਕੋਈ ਵੀ ਛੋਟੇ ਤੋਂ ਛੋਟਾ ਕਣ ਆਪਾਂ ਜਦੋਂ ਕਰ ਲੈਂਦੇ ਆ ਉਸ ਤੋਂ ਬਾਅਦ ਉਹ ਹੋਰ ਛੋਟਾ ਨਾ ਕੀਤਾ ਜਾਂਦਾ ਹੋਵੇ ਉਸ ਤੋਂ ਬਾਅਦ ਤਾਂ ਉਹਦਾ ਮਤਲਬ ਚੂਰਾ ਬਣ ਜੇ ਸੋ ਉਹਨੂੰ ਕਹਿੰਦੇ ਨੇ ਪਰਮਾਣੂ ਜੀ 2 ਨੰਬਰ ਪ੍ਰਸ਼ਨ ਦੇ ਨਾਲ ਦੋਸਤੋ ਰਾਸ਼ਟਰੀ ਏਕਤਾ ਦਿਵਸ ਕਦੋਂ ਮਨਾਇਆ ਜਾਂਦਾ ਇਸ ਤਰ੍ਹਾਂ ਦੇ ਪ੍ਰਸ਼ਨ ਆਪਾਂ ਪਹਿਲਾਂ ਵੀ ਤੁਹਾਨੂੰ ਕਰਵਾ ਚੁੱਕੇ ਆ ਸੋ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਨੇ ਧਿਆਨ ਨਾਲ ਦੇਖਿਓ 31 ਅਕਤੂਬਰ 31 ਦਸੰਬਰ 15 ਅਗਸਤ 26 ਜਨਵਰੀ ਸੋ ਰਾਸ਼ਟਰੀ ਇਕਤਾ ਦਿਵਸ ਹੈ ਜਿਹੜਾ ਰਾਸ਼ਟਰੀ ਇਕਤਾ ਦਿਵਸ 31 ਅਕਤੂਬਰ ਦੇ ਦਿਨ ਮਨਾਇਆ ਜਾਂਦਾ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਦੋਸਤੋ ਹੇਠ ਲਿਖਿਆਂ ਵਿੱਚੋਂ ਤਾਪ ਦਾ ਸਭ ਤੋਂ ਵਧੀਆ ਸੁਚਾਲਕ ਹੈ। ਸੋ ਤਾਪ ਦਾ ਸਭ ਤੋਂ ਵਧੀਆ ਸੁਚਾਲਕ ਪੁੱਛਿਆ ਹੈ ਹੇਠ ਲਿਖਿਆਂ 'ਚੋਂ ਅਲਕੋਹਲ, ਪਾਰਾ, ਇਥਰ, ਪਾਣੀ। ਸੋ ਇਹ ਆ ਜੀ ਪਾਰਾ ਮੰਨਿਆ ਜਾਂਦਾ ਹੈ। ਆਪਾਂ ਆਪਸ਼ਨ ਨੰਬਰ 2 ਦੇ ਨਾਲ ਜਾਵਾਂਗੇ। ਆਪਾਂ ਪਾਰਾ ਜਿਹੜਾ ਤਾਪ ਦਾ ਸਭ ਤੋਂ ਵਧੀਆ ਸੁਚਾਲਕ ਮੰਨਿਆ ਜਾਂਦਾ ਹੈ। 4 ਨੰਬਰ ਪ੍ਰਸ਼ਨ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਭਾਈ ਵੀਰ ਸਿੰਘ ਨੂੰ ਕਿਹੜੀ ਰਚਨਾ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਮਤਲਬ ਜਿਹੜਾ ਵੀਰ ਸਿੰਘ ਰਾਈਟਰ ਹੈ ਪੰਜਾਬ ਦਾ ਉਹਨੇ ਕਿਹੜੀ ਅਜਹੀ ਰਚਨਾ ਜਾਂ ਕਿਤਾਬ ਲਿਖੀ ਜਿਹਦੇ ਲਈ ਉਹਨੂੰ ਸਾਹਿਤਕ ਅਕਾਦਮੀ ਪੁਰਸਕਾਰ ਦੇ ਦਿੱਤਾ ਮਣਕ ਹੁਲਾਰੇ ਕੰਮ ਦੀ ਕਲਾਈ ਰਾਣਾ ਸੂਰਤ ਸਿੰਘ ਮੇਰੇ ਸਾਇਆ ਜੀਓ ਸੋ ਆਪਸ਼ਨ ਨੰਬਰ 4 ਸਹੀ ਹੈ ਜੀ ਮੇਰੇ ਸਾਇਆ ਜੀਓ ਜਿਹੜੀ ਉਹਦੀ ਪੁਸਤਕ ਸੀ ਜਿਹੜੀ ਉਹਨਾਂ ਦੀ ਰਚਨਾ ਸੀ ਇਸ ਰਚਨਾ ਨੂੰ ਸਾਹਿਤਕ ਅਕਾਦਮੀ ਪੁਰਸਕਾਰ ਮਿਲਿਆ ਸੀ ਭਾਈ ਵੀਰ ਸਿੰਘ ਵੱਲੋਂ ਲਿਖੀ ਹੋਈ ਹੈ ਇਹ 5 ਨੰਬਰ ਪ੍ਰਸ਼ਨ ਦੋਸਤੋ ਨਾਈਟ੍ਰੋਜਨ ਦੀ ਖੋਜ ਕਿਸ ਨੇ ਕੀਤੀ ਫੈਰਾਡੇ ਨੇ ਕੀਤੀ ਹੈਸਨਵਰਗ ਹੁਕਜਾ ਰਦਰਫੋਰਡ ਸੋ ਨਾਈਟ੍ਰੋਜਨ ਦੀ ਜਿਹੜੀ ਖੋਜ ਸੀ ਦੋਸਤੋ ਉਹ ਰਦਰਫੋਰਡ ਨੇ ਕੀਤੀ ਸੀ ਆਪਸ਼ਨ ਨੰਬਰ 4 ਸਹੀ ਹੈ ਰਦਰਫੋਰਡ ਨੇ ਨਾਈਟ੍ਰੋਜਨ ਦੀ ਖੋਜ ਕੀਤੀ ਬਾਬਰ ਦਾ ਪੁੱਤਰ ਕੌਣ ਸੀ ਵੈਰੀ ਵੈਰੀ ਇੰਪੋਰਟੈਂਟ ਹੈ ਹਮਾਇੂ ਸਾਂਝਾ ਅਕਬਰ ਜਾਂ ਬਹਾਦਰ ਸਾਹ ਸੋ ਬਾਬਰ ਦਾ ਪੁੱਤਰ ਸੀ ਉਹ ਸੀਗਾ ਜੀ ਹਮਾਇੂ ਹਮਾਇੂ ਦਾ ਅੱਗੇ ਪੁੱਤਰ ਸੀਗਾ ਮਤਲਬ ਅਕਬਰ ਮਤਲਬ ਬਾਬਰ ਦੀ ਡੈਥ ਤੋਂ ਬਾਅਦ ਹਮਾਇੂ ਨੇ ਆਪਣਾ ਰਾਜ ਸ਼ੁਰੂ ਕੀਤਾ ਸੀ ਜਿਹੜਾ ਇਹਨਾਂ ਦਾ ਮੁਗਲ ਵੰਸ਼ ਜਿਹੜਾ ਅੱਗੇ ਵਧਿਆ ਸੀ ਇਹਦੇ ਵਿੱਚ ਇੱਕ ਇੱਕ ਗੱਲ ਸਪੈਸ਼ਲ ਆ ਜਾਂਦੀ ਹੈ ਵੀ ਹਮਾਇੂ ਹਮਾਇੂ ਨੂੰ ਨਾ ਸ਼ੇਰਸਾ ਸੂਰੀ ਜਿਹਨੂੰ ਫਰੀਦ ਖਾਂ ਕਹਿੰਦੇ ਨੇ ਉਹਨੂੰ ਹਰਾ ਦਿੱਤਾ ਸੀ ਹਮਾਇੂ ਨੂੰ ਸ਼ੇਰਸਾ ਨੇ ਤਾਂ ਥੋੜੇ ਸਮੇਂ ਵਾਸਤੇ ਮੋਗਲ ਸਾਮਰਾਜ ਵਿੱਚੋਂ ਕੱਟ ਹੋ ਗਿਆ ਸੀ ਸ਼ੇਰਸਾ ਦਾ ਰਾਜ ਆ ਗਿਆ ਸੀ ਦਿੱਲੀ ਦੇ ਉੱਤੇ ਸੋ ਮਤਲਬ 1540 ਦੇ ਵਿੱਚ ਹਮਾਇੂ ਨੂੰ ਹਰਾਤਾ ਸ਼ੇਰਸਾ ਸੂਰੀ ਨੇ ਫਿਰ 1556 ਦੇ ਵਿੱਚ ਆ ਕੇ ਫਿਰ ਹਮਾਇੂ ਨੇ ਫਰੀਦ ਖਾਨ ਨੂੰ ਹਰਾਇਆ ਸਿਰਸਾ ਸੂਰੀ ਨੂੰ ਹਰਾਇਆ ਤੇ ਦੁਬਾਰੇ ਮੁਗਲ ਵੰਸ ਦੀ ਜਿਹੜੀ ਅੱਗੇ ਜਿਹੜੀ ਸਲਤਨਤ ਸਲਤਨਤ ਨੂੰ ਵਧਾਇਆ ਸੀਗਾ ਸੋ ਇਥੇ ਯਾਦ ਰੱਖਿਓ ਤੁਸੀਂ 7 ਨੰਬਰ ਪ੍ਰਸ਼ਨ ਦੇਖਦੇ ਆ ਜੀ ਏਸ਼ੀਆ ਦਾ ਸਭ ਤੋਂ ਵੱਡਾ ਮਾਰੂਥਲ ਕਿਹੜਾ ਹੈ ਸੋ ਏਸ਼ੀਆ ਮਹਾਦੀਪ ਹੈ ਜਿਹੜਾ ਸਾਰਿਆਂ ਤੋਂ ਵੱਡਾ ਹੈ ਜੀ ਫਿਰ ਇਹਦੇ ਵਿੱਚ ਕਿਹੜਾ ਮਾਰੂਥਲ ਵੱਡਾ ਹੈ ਥਾਰ ਗੋਬੀ ਟਕਲਾ ਮਕਾਨ ਕਾਰਾਕਮ ਸੋ ਜਿਹੜਾ ਥਾਰ ਮਾਰੂਥਲਾ ਦੇਖੋ ਉਹ ਤਾਂ ਆਪਣੇ ਏਸ਼ੀਆ ਦੇ ਵਿੱਚ ਆਪਣੇ ਵਾਲੇ ਪਾਸੇ ਆ ਜਾਂਦਾ ਹੈ ਰਾਜਸਥਾਨ ਆਲਾ ਜਿਹੜਾ ਮਾਰੂਥਲਾ ਹੈ ਉਹਨੂੰ ਥਾਰ ਮਨੂ ਕਿਹਾ ਮਾਰੂਥਲ ਕਿਹਾ ਜਾਂਦਾ ਹੈ ਪਰ ਜਿਹੜਾ ਏਸ਼ੀਆ ਦਾ ਸਭ ਤੋਂ ਵੱਡਾ ਹੈਗਾ ਉਹ ਦੋ ਨੰਬਰ ਆਪਸ਼ਨ ਦੇ ਨਾਲ ਜਾਵਾਂਗੇ ਗੋਬੀ ਮਾਰੂਥਲਾ ਜਿਹੜਾ ਉਹ ਸਾਰੇ ਤੋਂ ਵੱਡਾ ਮਾਰੂਥਲਾ ਹੈ ਜੀ ਲੋਧੀ ਵੰਸ਼ ਦਾ ਆਖਰੀ ਸੁਲਤਾਨ ਕਿਹੜਾ ਸੀ ਵੈਰੀ ਵੈਰੀ ਇੰਪੋਰਟੈਂਟ ਹੈ ਪੰਜਾਬ ਹਿਸਟਰੀ ਦੇ ਵਿੱਚ ਵੀ ਲੋਧੀ ਵੰਸ਼ ਉਹਨਾਂ ਦਾ ਜ਼ਿਕਰ ਹੁੰਦਾ ਇਬਰਾਹਿਮ ਲੋਧੀ ਤਤਾਰ ਖਾਨ ਬਹਿਲੋ ਲੋਧੀ ਸਕੰਦਰ ਲੋਧੀ ਲੋਦੀ ਸੋ ਇਬਰਾਹਿਮ ਲੋਦੀ ਜਿਹੜਾ ਉਹ ਲੋਦੀ ਵੰਸ਼ ਦਾ ਆਖਰੀ ਸੁਲਤਾਨ ਸੀ ਜੀ ਇਫਰਾਇ ਇਬਰਾਹਿਮ ਲੋਦੀ ਆਪਸ਼ਨ ਨੰਬਰ 1 ਦੇ ਨਾਲ ਜਾਵਾਂਗੇ ਸਿਕੰਦਰ ਪਹਿਲਾ ਸਭ ਤੋਂ ਲੋਦੀ ਵੰਸ਼ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਉਹ ਬਹਿਲੋਲ ਲੋਦੀ ਨੇ ਕੀਤੀ ਬਹਿਲੋਲ ਲੋਦੀ ਦਾ ਬੇਟਾ ਸੀ ਜਿਹੜਾ ਪੁੱਤਰ ਸੀ ਸਿਕੰਦਰ ਲੋਦੀ ਸਿਕੰਦਰ ਲੋਦੀ ਦੇ ਨਾਲ ਇੱਕ ਗੱਲ ਖਾਸ ਜੁੜੀ ਹੋਈ ਹੈ ਨੇ ਆਗਰਾ ਸ਼ਹਿਰ ਬਸਾਇਆ ਸੀ ਆਗਰਾ 1504 ਦੇ ਵਿੱਚ ਫਿਰ ਇਸੇ ਆਗਰਾ ਸ਼ਹਿਰ ਨੂੰ 1506 ਦੇ ਵਿੱਚ ਨੇ ਰਾਜਧਾਨੀ ਬਣਾ ਲਿਆ ਇਹ ਦੋ ਗੱਲਾਂ ਇਹਦੇ ਨਾਲ ਵੱਧ ਜੁੜੀਆਂ ਹੋਈਆਂ ਨੇ ਇੰਦਾਂ ਦੇ ਬਾਰੇ ਪ੍ਰਸ਼ਨ ਪੁੱਛਿਆ ਜਾਂਦਾ ਹੈ ਫਿਰ ਸਿਕੰਦਰ ਲੋਧੀ ਦਾ ਮੁੰਡਾ ਜਿਹੜਾ ਇਬਰਾਹਿਮ ਲੋਧੀ ਜਿਹੜਾ ਗੱਦੀ ਤੇ ਬੈਠਿਆ ਇਹਦੀਆਂ ਜਿਹੜੀਆਂ ਨੀਤੀਆਂ ਸੀ ਸਖਤ ਸੀਗੀ ਆ ਇਹ ਕਟੜ ਬੰਦਾ ਸੀ ਥੋੜਾ ਜਿਹਾ ਮਤਲਬ ਇਹ ਤਾਂ ਨਾਰਾਜ਼ ਸੀਗੇ ਲੋਕ ਇਹ ਖੁਸ਼ ਨਹੀਂ ਕਰ ਸਕਿਆ ਲੋਕਾਂ ਨੂੰ ਇਹ ਆਪਦੇ ਆਪਦੇ ਸਕੇ ਸਬੰਧੀਆਂ ਨਾਲ ਵੀ ਲੜ ਪੈਂਦਾ ਸੀ ਉਹਨਾਂ ਨੇ ਇਹ ਮਤਲਬ ਇਹਨੂੰ ਹਰਾਉਣ ਵਾਸਤੇ ਫਿਰ ਬਾਬਰ ਨੂੰ ਮਤਲਬ ਸਦਾ ਭੇਜਿਆ ਸੀ ਵੀ ਇਹਨੂੰ ਹਰਾਓ ਬਾਬਰ ਦਾ ਸਾਲ ਦਿੱਤਾ ਉਹਨਾਂ ਨੇ ਸੋ ਆਪਸ਼ਨ ਨੰਬਰ 1 ਸਹੀ ਹੈ ਰੇਡੀਓ ਐਕਟੀਵਿਟੀ ਮਾਪਣ ਵਾਲੇ ਯੰਤਰ ਦਾ ਕੀ ਨਾਂ ਹੈ ਕਲੈਰੀਮੀਟਰ ਗੀਜਰ ਮੁੱਲਰ ਕਾਊਂਟਰ ਬੈਰੋਮੀਟਰ ਹਾਈ ਗ੍ਰੋਮੀਟਰ ਸੋ ਆਪਸ਼ਨ ਨੰਬਰ 2 ਦੇ ਨਾਲ ਜਾਵਾਂਗੇ ਜੀ ਪਰ ਰੇਡੀਓ ਐਕਟੀਵਿਟੀ ਮਾਪਣ ਵਾਲੇ ਯੰਤਰ ਦਾ ਨਾਂ ਹੈ ਜਿਹੜਾ ਉਹ ਗੀਜਰ ਮੁੱਲਰ ਕਾਊਂਟਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ 10 ਨੰਬਰ ਪ੍ਰਸ਼ਨ ਦੋਸਤੋ ਸੁਨਿਆਰ ਸੋਨਾ ਪਿਘਲਾਉਣ ਦੇ ਲਈ ਲਾਟ ਦਾ ਕਿਹੜਾ ਭਾਗ ਵਰਤਦਾ ਹੈ ਤੁਸੀਂ ਜਦੋਂ ਸੁਨਿਆਰ ਦੀ ਦੁਕਾਨ 'ਚ ਜਾਂਦੇ ਹੋ ਉੱਥੇ ਮਤਲਬ ਉਹ ਨਾ ਲਾਟ ਮਤਲਬ ਇੱਕ ਅ ਅੱਗ ਪੈਦਾ ਕਰਕੇ ਇੱਕ ਗੈਸ ਜੇ ਨਾਲ ਉਹਦੇ ਨਾਲ ਸੋਨੇ ਦਾ ਆਕਾਰ ਬਦਲ ਰਹੇ ਹੁੰਦੇ ਨੇ ਸੋ ਇਹ ਨਹੀਂ ਹੈ ਵੀ ਸੋਨੇ ਨੂੰ ਸਾਰੇ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਜਿਹੜੀ ਉਹ ਮਤਲਬ ਉਹਨਾਂ ਕੋਲੇ ਜਿਹੜੀ ਅੱਗ ਚੱਲ ਰਹੀ ਹੁੰਦੀ ਹੈ ਸੋ ਜਿਹੜੀ ਅੱਗ ਚੱਲ ਰਹੀ ਹੁੰਦੀ ਹੈ ਇਹਦਾ ਜਿਹੜਾ ਲਾਟ ਦਾ ਜਿਹੜਾ ਬਾਹਰੀ ਭਾਗ ਹੈ ਆਪਸ਼ਨ ਨੰਬਰ 3 ਨਾਲ ਜਾਵਾਂਗੇ ਆਪਾਂ ਸੋ ਇਹ ਪਾਈਪ ਜੀ ਤੇ ਉਹ ਲਾਈਟ ਲਾਟ ਚੱਲ ਰਹੀ ਜਿਹੜਾ ਬਾਹਰੀ ਭਾਗ ਹੁੰਦਾ ਇਹ ਵਾਲਾ ਬਾਹਰੀ ਭਾਗ ਜਿਹੜਾ ਸੋਨੇ ਤੇ ਉਹ ਲਾਉਂਦੇ ਨੇਗੇ ਅ ਸੋਨੇ ਨੂੰ ਪਗਲਾਉਣ ਵਾਸਤੇ ਤੁਸੀਂ ਸਮਝ ਗਏ ਹੋਵੋਗੇ ਸੋ ਸੁਨਾਰ ਹੈ ਜਿਹੜਾ ਉਹ ਸੋਨੇ ਨੂੰ ਪਗਲਾਉਣ ਦੇ ਲਈ ਲਾਟ ਦਾ ਬਾਹਰੀ ਭਾਗ ਵਰਤਦਾ ਹੈ ਆਪਸ਼ਨ ਨੰਬਰ 3 ਸਹੀ ਹੈ ਜੀ 11 ਨੰਬਰ ਪੁੱਛੇ ਦੋਸਤੋ ਰੋਗਾਂ ਨੂੰ ਨਸ਼ਟ ਕਰਨ ਦਾ ਕੰਮ ਖੂਨ ਦੀਆਂ ਕਿਹੜੀਆਂ ਕੋਸ਼ਿਕਾਵਾਂ ਕਰਦੀਆਂ ਨੇ ਲਾਲ ਖੂਨ ਸੈੱਲ ਕਰਦੇ ਨੇ ਪਲੇਟਲੈਟਸ ਕਰਦੇ ਨੇ ਸਫੇਦ ਖੂਨ ਸੈੱਲ ਇਹਨਾਂ ਵਿੱਚੋਂ ਕੋਈ ਨਹੀਂ ਸੋ ਜਿਹੜੇ ਰੋਗਾਂ ਨੂੰ ਨੇ ਉਹਨਾਂ ਨੂੰ ਨਸ਼ਟ ਕਰਨ ਦਾ ਕੰਮ ਜਿਵੇਂ ਮਤਲਬ ਕਹਿ ਲਓ ਵੀ ਸਰੀਰ ਦਾ ਜਿਹੜਾ ਮਤਲਬ ਬਾਡੀਗਾਰਡ ਹੈ ਖੂਨ ਦੇ ਉਹ ਕਿਹੜੇ ਸੈੱਲ ਨੇ ਸੋ ਸਫੇਦ ਖੂਨ ਸੈੱਲ ਨੇ ਜੀ ਇਹ ਆਪਸ਼ਨ ਨੰਬਰ 3 ਦੇ ਨਾਮ ਆ ਜਾਵਾਂਗੇ ਵਾਈਟ ਬਲੱਡ ਸੈੱਲ डब्ल्यूबीसी ਬੋਲਿਆ ਜਾਂਦਾ ਇਹਨਾਂ ਨੂੰ ਇਹ ਮਤਲਬ ਰੋਗਾਣੂਆਂ ਤੋਂ ਰੋਗਾਂ ਤੋਂ ਬਚਾਉਣ ਲਈ ਮਤਲਬ ਰੱਖਿਆ ਦਾ ਕੰਮ ਕਰਦੇ ਨੇ ਸੁਰੱਖਿਆ ਗਾਰਡ ਦਾ ਕੰਮ ਕਰਦੇ ਨੇ ਸਰੀਰ ਦੇ ਲਈ 15 ਨੰਬਰ ਪ੍ਰਸ਼ਨ ਦੋਸਤੋ ਮੱਛਰ ਆਂਡੇ ਕਿੱਥੇ ਦਿੰਦਾ ਹੈ ਸੋ ਪਾਣੀ ਵਿੱਚ ਮਿੱਟੀ ਵਿੱਚ ਹਵਾ ਵਿੱਚ ਜਾਂ ਮਿੱਟੀ ਦੇ ਤੇਲ ਵਿੱਚ ਸੋ ਜਿਹੜਾ ਮੱਛਰ ਹੈ ਜੀ ਉਹ ਜਿਹੜਾ ਆਪਣੇ ਅੰਡੇ ਆ ਪਾਣੀ ਵਿੱਚ ਦਿੰਦਾ ਕਿਉਂਕਿ ਆਪਾਂ ਤਾਂ ਵੀ ਸੁਭਾਵ ਕੀ ਬੋਲਦ ਨੇ ਵੀ ਜਿੱਥੇ ਪਾਣੀ ਗੰਦਾ ਪਾਣੀ ਖੜਾ ਹੁੰਦਾ ਖੁੱਲਾ ਪਾਣੀ ਖੜਾ ਹੁੰਦਾ ਤਾਂ ਉੱਥੇ ਮੱਛਰ ਪੈਦਾ ਹੋਣ ਦੇ ਜਿਹੜੇ ਵੱਧ ਕਾਰਨ ਹੁੰਦੇ ਨੇ ਵੱਧ ਮੱਛਰ ਪੈਦਾ ਹੁੰਦਾ ਉੱਥੇ ਸੋ ਮੱਛਰ ਕਿਉਂਕਿ ਅੰਡਾ ਹੀ ਪਾਣੀ ਦੇ ਵਿੱਚ ਦਿੰਦਾ ਤੇ ਵੱਧ ਮੱਛਰ ਵੀ ਫਿਰ ਪੈਦਾ ਹੋਊਗਾ 13 ਨੰਬਰ ਪ੍ਰਸ਼ਨ ਦੇਖਦੇ ਹਾਂ ਜੀ ਚੇਚਕ ਦੇ ਟੀਕੇ ਦੀ ਖੋਜ ਕਿਸ ਨੇ ਕੀਤੀ ਅਗਲਾ ਲੈਜੈਂਡਰ ਫਲੈਮਿੰਗ ਨੇ ਐਡਵਰਡ ਜੈਨਰ ਨੇ ਲੂਇਸ ਪਾਸਚਰ ਨੇ ਹਰਾਬਰਟ ਕੋਚ ਨੇ ਸੋ ਜਿਹੜਾ ਚੇਚਕ ਦਾ ਟੀਕਾ ਹੈ ਜੀ ਉਹਦੀ ਜਿਹੜੀ ਖੋਜ ਕੀਤੀ ਸੀ ਉਹ ਆਪਸ਼ਨ ਨੰਬਰ 2 ਸਹੀ ਹੈ ਐਡਵਰਡ ਜੈਨਰ ਨੇ ਕੀਤੀ ਸੀ ਜੀ ਐਡਵਰਡ ਜੈਨਰ ਚੇਚਕ ਦੇ ਟੀਕੇ ਦੀ ਖੋਜ ਕਰਨ ਵਾਲਾ ਸੀਗਾ 14 ਨੰਬਰ ਪ੍ਰਸ਼ਨ ਦੋਸਤੋ 올림픽 ਅਵੇਨਿਊ ਵਿੰਦਰਾ ਕਿਹੜੀ ਖੇਡ ਨਾਲ ਸੰਬੰਧਿਤ ਹੈ ਆਪਣਾ ਇੱਕ ਮਤਲਬ ਖਿਡਾਰੀ ਹੈ ਜਿਹੜਾ ਭਾਰਤ ਦਾ ਅਵੇਨਿਊ ਵਿੰਦਰਾ ਉਹ ਕਿਹੜੀ ਖੇਡ ਨਾਲ ਸੰਬੰਧਿਤ ਹੈ ਤੀਰਅੰਦਾਜ਼ੀ ਨਾਲ ਸ਼ੂਟਿੰਗ ਚੈਸ ਜਾਂ ਤੈਰਾਕੀ ਸੋ ਸੂਟਿੰਗ ਦੇ ਨਾਲ ਸੰਬੰਧਿਤ ਆ ਜੀ ਆਪਸ਼ਨ ਨੰਬਰ 2 ਸਹੀ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਆਂ ਦੋਸਤੋ 15 ਨੰਬਰ ਪ੍ਰਸ਼ਨ ਅੱਜ ਦੀ ਵੀਡੀਓ ਦਾ ਜਿਹੜਾ ਹੈਗਾ ਆਪਣਾ ਆਖਰੀ ਪ੍ਰਸ਼ਨ ਹੈਗਾ ਇਸੇ ਤਰ੍ਹਾਂ ਆਪਾਂ ਜੀ ਕੇ ਦੇ ਨਾਲ ਸੰਬੰਧਿਤ ਡੇਲੀ ਤੁਹਾਡੇ ਲਈ ਇੱਕ ਵੀਡੀਓ ਲੈਕਚਰ ਲੈ ਕੇ ਆਉਣੇ ਆ ਇੱਕ ਬਨ ਲਾਈਨਰ ਲੈਕਚਰ ਦੀ ਜਿਹੜੀ ਲੜੀ ਆ 1500 ਪ੍ਰਸ਼ਨ ਦੀ ਉਹ ਵੀ ਸ਼ੁਰੂ ਕੀਤੀ ਹੋਈ ਹੈ ਸੋ ਉਹ ਵੀ ਦੇਖਣਾ ਨਾ ਭੁੱਲਿਓ ਤੁਹਾਡੇ ਲਈ ਵੈਰੀ ਵੈਰੀ ਇੰਪੋਰਟੈਂਟ ਹੈ ਤੁਹਾਡੇ ਲਈ ਲਾਹੇਵੰਦ ਹੈ ਸੋ ਇਸੇ ਤਰ੍ਹਾਂ ਆਪਾਂ ਜੀਕੇ ਦਾ ਕਿਉਂਕਿ ਕੌਨਸਟੇਬਲ ਦੀ ਜਿਹੜੀ ਪੋਸਟ ਹੈ ਉਹਨੂੰ ਮਤਲਬ ਉਹਦੀ ਮੈਟ ਦੇ ਵਿੱਚ ਆਉਣ ਵਾਸਤੇ ਪੇਪਰ ਨੂੰ ਕ੍ਰੈਕ ਕਰਨਾ ਤੇ ਜ਼ਰੂਰੀ ਆ। ਪੇਪਰ ਦੇ ਵਿੱਚ ਵੱਧ ਨੰਬਰ ਲੈ ਕੇ ਜਾਣਾ অতি ਜ਼ਰੂਰੀ ਨੇ ਤੇ ਵੱਧ ਨੰਬਰ ਉਸੇ ਦੇ ਆਉਣਗੇ ਜਿਹੜਾ ਜੀਕੇ ਨੂੰ ਕਵਰ ਕਰੂਗਾ ਕਿਉਂਕਿ 35 ਨੰਬਰ ਦੀ ਜੀਕੇ ਆ। ਸੋ ਪੌਂਗ ਡੈਮ ਬਿਆਸ ਦਰਿਆ ਉੱਤੇ ਬਣਿਆ ਹੈ। ਇਹ ਕਿਸ ਭਾਰਤੀ ਰਾਜ ਵਿੱਚ ਹੈ? ਜਿਹੜਾ ਪੌਂਗ ਡੈਮ ਹੈ ਜੀ ਬਿਆਸ ਦਰਿਆ ਦੇ ਉੱਤੇ ਬਣਿਆ ਹੋਇਆ ਇਹ ਗੱਲ ਕਲੀਅਰ ਹੋ ਗਈ। ਪੌਂਗ ਡੈਮ ਜਿੱਥੇ ਬਣਿਆ ਉਥੇ ਕਿਹੜੇ ਰਾਜ ਦੀ ਮਤਲਬ ਹੈਗਾ ਖੇਤਰ ਹੈਗਾ ਜੰਮੂ ਕਸ਼ਮੀਰ ਗੁਜਰਾਤ ਉੱਤਰ ਪ੍ਰਦੇਸ਼ ਜਾਂ ਹਿਮਾਚਲ ਪ੍ਰਦੇਸ਼ ਸੋ ਦੋਸਤੋ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਆਪਸ਼ਨ ਨੰਬਰ 4 ਸਹੀ ਹੈ ਜੀ ਪੌਂਗ ਡੈਮ ਜਿੱਥੇ ਬਣਿਆ ਹੋਇਆ ਹਿਮਾਚਲ ਪ੍ਰਦੇਸ਼ ਦਾ ਖੇਤਰ ਹੈਗਾ ਬਿਆਸ ਦਰਿਆ ਤੇ ਇਹ ਬਣਿਆ ਹੋਇਆ ਜੀ ਸੋ ਦੋਸਤੋ ਇਹ ਸਾਨੂੰ ਵੈਰੀ ਇੰਪੋਰਟੈਂਟ ਐਮਸੀਕਿਊ ਜੀਕੇ ਦੇ ਨਾਲ ਸੰਬੰਧਿਤ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਕਿਸੇ ਕੈਂਡੀਡੇਟ ਨੇ ਆਪਣੇ ਵਟਸਐਪ ਗਰੁੱਪ ਨੂੰ ਜੁਆਇਨ ਕਰਨਾ ਹੈ ਜਿਵੇਂ ਪੰਜਾਬ ਪੁਲਿਸ ਦਾ ਆਪਣੇ ਕੋਲੇ ਵਟਸਐਪ ਗਰੁੱਪ ਚੱਲਦਾ ਹੈ ਆਂਗਣਵਾੜੀ ਸੁਪਰਵਾਈਜ਼ਰ ਵਾਲਿਆਂ ਦਾ ਚੱਲਦਾ ਹੈ ਪੀਐਸਟੈਟ ਦਾ ਜਿਹੜਾ 6635 ਪੋਸਟ ਆਈਟੀਟੀਆਈ ਆਨੇ ਉਹਨਾਂ ਦਾ ਵੀ ਗਰੁੱਪ ਚੱਲ ਰਿਹਾ ਹੈ ਸੋ ਐਂਟੀਟੀ ਦਾ ਗਰੁੱਪ ਵੀ ਹੈ ਇਹ ਜਿਹੜੀਆਂ ਖਾਸ ਖਾਸ ਪੋਸਟਾਂ ਨੇ ਪੰਜਾਬ ਦੇ ਵਿੱਚ ਬੱਚੇ ਤਿਆਰੀ ਕਰ ਰਹੇ ਨੇ ਸੋ ਉਹਨਾਂ ਦੇ ਵਟਸਐਪ ਗਰੁੱਪ ਬਣਾਏ ਹੋਨੇ ਆਪਾਂ ਪ੍ਰਿੰਟ ਮਟੀਰੀਅਲ ਵੀ ਉਹਨਾਂ ਨੂੰ ਪਾਉਂਦੇ ਰਹਿੰਦੇ ਆ ਸੋ ਜਿਹੜੀ ਪੋਸਟ ਦੇ ਨਾਲ ਸੰਬੰਧਤ ਕੋਈ ਨਵੀਂ ਅਪਡੇਟ ਹੁੰਦੀ ਹੈ ਉਹ ਸਿੱਧੀ ਉਹਨਾਂ ਨੂੰ ਅ ਨੋਟ ਕਰਵਾ ਦਿੰਦੇ ਆ ਜੀ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਆਪਣੇ ਨੰਬਰ 8847477007 ਤੇ ਇਸ ਨੰਬਰ ਤੇ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਆਪਣੀ ਪੋਸਟ ਦਾ ਨਾਮ ਲਿਖਣਾ ਹੈ ਆਪਣਾ ਨਾਮ ਲਿਖਣਾ ਹੈ ਆਪਣੇ ਸ਼ਹਿਰ ਦਾ ਨਾਮ ਲਿਖਣਾ ਹੈ ਸੋ ਪੋਸਟ ਦਾ ਨਾਮ ਲਿਖਣਾ ਨਾ ਭੁੱਲਿਓ ਬਹੁਤ ਬੱਚੇ ਪੋਸਟ ਦਾ ਨਾਮ ਨਹੀਂ ਲਿਖਦੇ ਫਿਰ ਉਹਨਾਂ ਨੂੰ ਮੈਸੇਜ ਨਹੀਂ ਜਾਂਦਾ ਕਿਉਂਕਿ ਪਤਾ ਨਹੀਂ ਲੱਗਦਾ ਵੀ ਕਿਹੜੀ ਪੋਸਟ ਦੇ ਵਟਸਐਪ ਗਰੁੱਪ ਦੇ ਵਿੱਚ ਇਹਨਾਂ ਨੇ ਜੁਆਇਨ ਹੋਣਾ ਹੈ ਸੋ ਤੁਹਾਨੂੰ ਇੱਕ WhatsApp ਗਰੁੱਪ ਦਾ ਲਿੰਕ ਭੇਜਿਆ ਜਾਊਗਾ ਉਹਨੂੰ ਤੁਸੀਂ ਜੁਆਇਨ ਕਰ ਲਿਓ ਤੇ ਅੱਗੇ ਫਰੈਂਡਜ਼ ਨਾਲ ਸ਼ੇਅਰ ਕਰ ਦਿਓ ਸੋ ਦੋਸਤੋ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ